ਇੱਕ ਬਹੁਤ ਹੀ ਇਮਾਨਦਾਰ ਅਤੇ ਸੱਚੀ ਸੁੱਚੀ ਸ਼ਖਸੀਅਤ ਦੇ ਮਾਲਕ ਜਥੇਦਾਰ ਬਾਵਾ ਸਿੰਘ ਜੀ ਹੁਣਾਂ ਨੇ ਆਪਣਾ ਸਾਰਾ ਜੀਵਨ ਸੱਚਾਈ ਦੇ ਰਸਤੇ ਤੇ ਚਲਦਿਆਂ ਬਿਤਾਇਆ। ਆਪ ਜੀ ਬਹੁਤ ਹੀ ਚੰਗੇ ਸੰਸਕਾਰਾਂ ਦੇ ਧਾਰਨੀ ਅਤੇ ਸਹਿਣਸ਼ੀਲ ਬਿਰਤੀ ਵਾਲੇ ਇਨਸਾਨ ਸਨ। ਗੁਰੂ ਘਰ ਪ੍ਰਤੀ ਸੱਚੇ ਸ਼ਰਧਾਵਾਨ ਸਨ ਅਤੇ ਹਰ ਇੱਕ ਗਰੀਬ ਅਤੇ ਦੀਨ ਦੁਖੀਆਂ ਦੀ ਮਦਦ ਕਰਨਾ ਆਪ ਜੀ ਦਾ ਸੁਭਾਅ ਸੀ। ਆਪ ਜੀ ਦੇ ਕਿਰਤ ਅਤੇ ਚੰਗੇ ਸੰਸਕਾਰਾਂ ਦਾ ਲਾਇਆ ਬੂਟਾ ਅੱਜ ਆਪ ਜੀ ਦੇ ਪਰਿਵਾਰ ਵਿੱਚ ਪ੍ਰਫੁੱਲਿਤ ਹੋ ਰਿਹਾ ਹੈ। ਜਥੇਦਾਰ ਬਾਵਾ ਸਿੰਘ ਹੁਣਾਂ ਦੀ ਯਾਦ ਵਿੱਚ ਇੱਕ ਸ਼ਰਧਾਂਜਲੀ ਸਮਾਗਮ ਦਾ ਆਯੋਜਨ ਉਹਨਾਂ ਦੇ ਸਮੂਹ ਪਰਿਵਾਰ ਵੱਲੋਂ ਉਹਨਾਂ ਦੇ ਪਿੰਡ ਕੁੰਜਾਰੀ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਵਿਖੇ ਕਰਵਾਇਆ ਗਿਆ, ਜਿਸ ਵਿੱਚ ਰਾਗੀ ਸਿੰਘਾਂ ਵੱਲੋਂ ਕੀਰਤਨ ਦੀ ਹਾਜ਼ਰੀ ਲਗਵਾਈ ਅਤੇ ਆਈਆਂ ਹੋਈਆਂ ਸਮੂਹ ਸੰਗਤਾਂ ਨੂੰ ਉਸ ਪਰਮ ਪਿਤਾ ਪਰਮਾਤਮਾ ਦੇ ਚਰਨਾਂ ਨਾਲ ਜੋੜਿਆ। ਕੀ ਬਾਰੇ ਨਹੀਂ
ਉਪਰੰਤ ਪਰਮਾਤਮਾ ਜੀ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਕੇ ਪਵਿੱਤਰ ਦਰਗਾਹੀ ਬਾਣੀ ਤੋਂ ਹੁਕਮਨਾਮਾ ਵੀ ਸਰਵਣ ਕੀਤਾ ਗਿਆ। ਇਸ ਮੌਕੇ ਵੱਡੀ ਗਿਣਤੀ ਵਿੱਚ ਸੰਗਤਾਂ ਤੋਂ ਇਲਾਵਾ ਕਈ ਉੱਚ ਸ਼ਖਸੀਅਤਾਂ ਨੇ ਸ਼ਿਰਕਤ ਕੀਤੀ ਅਤੇ ਕੁਝ ਸ਼ਖਸੀਅਤਾਂ ਵੱਲੋਂ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ। ਹਰ ਕੰਮ ਦਾ ਇਲਮ ਹੁੰਦਾ ਸੀ ਔਰ ਇੰਨਾ ਚੰਗਾ ਬੁਲਾਰਾ, ਇੰਨਾ ਚੜ੍ਹਦੀ ਕਲਾ ਵਾਲਾ ਸਿੰਘ, ਜੇ 500 ਬੰਦਾ ਵੀ ਇੱਕ ਪਾਸੇ ਆ ਤੇ ਆਪਣੀ ਸੱਚੀ ਗੱਲ ਕਹਿਣ ਤੋਂ ਘਰਮਾਉਂਦੇ ਨਹੀਂ ਸੀ। ਔਰ ਪਤਾ ਹੁੰਦਾ ਸੀ ਵੀ ਮੈਂ ਕੀ ਕਹਿਣਾ ਕੀ ਕਰਨਾ, ਇਹਦਾ ਮਤਲਬ ਕੀ, ਕਿਸੇ ਪੰਚਾਇਤ ਹੋਵੇ, ਕੋਈ ਗੱਲ ਹੋਵੇ, ਕਿਤੇ ਕੰਮ ਚਲੇ ਜਾਣ, ਕੋਈ ਅਫਸਰ ਹੋਵੇ, ਉਹ ਵਿਕਣਾ ਦੇਸੀ ਸ਼ਖਸੀਅਤ ਦੇ ਮਾਲਕ ਸੀ ਔਰ ਬੰਦੇ ਨੂੰ ਆਪਣਾ ਬਣਾ ਲੈਂਦੇ ਸੀ। ਬਹੁਤ ਕੁਆਲਿਟੀਆਂ ਸੀ, ਸਤਿਗੁਰ ਨੇ ਉਹਨਾਂ 'ਤੇ ਬਹੁਤ ਬਖਸ਼ਿਸ਼ ਰੱਖੀ। ਸੋ ਬਹੁਤ ਹੀ ਵਧੀਆ ਉਹਨਾਂ ਨੇ ਮਾਣ ਅਤੇ ਸਤਿਕਾਰ ਨਾਲ ਜੀਵਨ ਜੀਆ। ਬੇਟੀਆਂ ਸਾਡੀਆਂ ਬੱਚੀਆਂ ਬਹੁਤ ਕਰਮਾਂ ਵਾਲੀਆਂ ਥਾਂ ਥਾਈ ਆਪਣੇ ਪਰਿਵਾਰ ਵਿੱਚ ਸੁਖੀ ਨੇ। ਬੇਟੀ ਮਨਮੋਹਨ ਨੇ, ਉਹ ਸਾਡੇ ਦਾਦ, ਉਹਨਾਂ ਦਾ ਪੁੱਤਰ ਕਹੂੰਗਾ ਮੈਂ, ਜਿਹਨੇ ਇੰਨੀ ਸੇਵਾ ਕੀਤੀ ਆ, ਉਹਨਾਂ ਨੇ ਬੜੀ ਸੇਵਾ ਕੀਤੀ ਆ। ਬੜੇ ਹੀ ਸਤਿਕਾਰਯੋਗ ਰੰਗਲੇ ਸੱਜਣ ਜਥੇਦਾਰ ਬਾਬਾ ਸਿੰਘ ਜੀ ਕੋਟੜਾ, ਔਰ ਜਿਹਨਾਂ ਨੂੰ ਮੈਂ ਇੱਥੇ ਤਾਂ ਸ਼ਾਇਦ ਘੱਟ ਆਖਾਂ ਕਿ ਫਤਿਹਗੜ੍ਹ ਜ਼ਿਲ੍ਹੇ ਦੇ ਵਿੱਚ ਉਹਨਾਂ ਦਾ ਨਾਂ ਸੀ ਜਿਹੜਾ ਉਹ ਪੂਰਾ ਬਾਬਾ ਸਿੰਘ ਕੋਟਲਾ ਜਥੇਦਾਰ ਜੀ ਕਹਿ ਕੇ ਪੁਕਾਰਿਆ ਜਾਂਦਾ ਸੀ ਔਰ ਹਰ ਬੰਦਾ ਜਥੇਦਾਰ ਜੀ ਦੀ ਪੂਰੀ ਰਿਸਪੈਕਟ ਕਰਦਾ ਸੀ, ਇੱਜ਼ਤ ਕਰਦਾ ਸੀ। ਸਰਦਾਰ ਦੀਦਾਰ ਸਿੰਘ ਜੀ ਭੱਟੀ ਸਾਬਕਾ MLA ਸਾਹਿਬ ਨੇ ਬੜਾ ਕੁਝ ਦੱਸਿਆ ਉਹਨਾਂ ਦਾ ਪ੍ਰਤੀ, ਔਰ ਮੈਨੂੰ ਵੀ ਕਾਫੀ ਸਮਾਂ ਉਹਨਾਂ ਦੀ ਸੰਗਤ ਕਰਨ ਦਾ ਪ੍ਰਾਪਤ ਹੋਇਆ, ਮੈਂ ਵੀ ਉਹਨਾਂ ਦੇ ਨਾਲ ਕਾਫੀ ਸਮਾਂ ਬਤੀਤ ਕੀਤਾ। ਔਰ ਜਿੰਨੀਆਂ ਵੀ ਸਟੇਜਾਂ ਦੀ ਕਾਰਵਾਈ ਜਥੇਦਾਰ ਬਾਬਾ ਸਿੰਘ ਜੀ ਚਲਾਇਆ ਕਰਦੇ ਸਨ, ਚਾਹੇ ਕੋਈ ਵੀ ਗੱਲ ਹੋਵੇ, ਸਰਦਾਰ ਗੁਰਪ੍ਰੀਤ ਸਿੰਘ ਭੱਟੀ ਸਾਡੇ ਜ਼ਿਲ੍ਹੇ ਦੇ ਪ੍ਰਧਾਨ ਰਹੇ ਨੇ, ਯੂਥ ਦੇ ਉਸ ਸਮੇਂ ਅਸੀਂ ਕੰਮ ਕਰਨ ਲੱਗੇ, ਉਹਨਾਂ ਸਮੇਂ ਜਿਹੜੀਆਂ ਵੀ ਮੀਟਿੰਗਾਂ ਹੁੰਦੀਆਂ ਸਨ ਤਾਂ ਬਾਬਾ ਸਿੰਘ ਜੀ ਨੇ ਸਾਡੇ ਤੋਂ ਅੱਗੇ ਆਉਣਾ, ਔਰ ਸਾਨੂੰ ਇਹ ਜਿਹੜੀ ਸ਼੍ਰੋਮਣੀ ਅਕਾਲੀ ਦਲ ਦੀ ਲਾਇਨ ਹੈ, ਇਹ ਪੱਟੀ ਪੜਾਉਣ ਦਾ ਪੂਰਾ ਉਪਰਾਲਾ ਕੀਤਾ, ਯਤਨ ਕੀਤਾ ਕਿ ਜਿਹੜੀਆਂ ਸਟੇਜਾਂ ਦੀ ਕਾਰਵਾਈ ਸੀ ਉਹ ਸਾਰੀ ਬਾਬਾ ਸਿੰਘ ਜੀ ਕੋਟਲਾ ਚਲਾਇਆ ਕਰਦੇ ਸਨ। ਬਾਬਾ ਸਿੰਘ ਨੂੰ ਮੈਂ ਸਿਰਫ 2011 ਤੋਂ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਹੋਈ ਉਸ ਟਾਈਮ ਇਹਨਾਂ ਦੇ ਨਾਲ ਮੇਰਾ ਮਿਲਾਪ ਹੋਇਆ, ਤਾਂ ਜਦੋਂ ਅਸੀਂ ਕਿਸੇ ਵੀ ਪਿੰਡ ਜਾਣਾ ਤਾਂ ਜਿਹੜੀ ਸਟੇਜ ਦੀ ਡਿਊਟੀ ਸੀ ਸਦਾ ਬਾਬਾ ਸਿੰਘ ਹੋਣੀ ਆਪ ਨੂੰ ਆਉਂਦੇ ਸੀ, ਔਰ ਇਹਨਾਂ ਨੇ, ਮੈਂ ਨਵਾਂ ਨਵਾਂ ਸੀ ਪਰ ਜਦੋਂ ਇਹਨਾਂ ਨੇ ਮੈਨੂੰ ਬੋਲਣ ਵਾਸਤੇ ਕਹਿਣਾ ਤਾਂ ਮੈਂ ਇਹਨਾਂ ਨੂੰ ਕਹਿਣਾ ਵੀ ਤੁਸੀਂ ਮੇਰੇ ਲਈ ਆਪ ਹੀ ਜੋ ਸ਼ਬਦ ਬੋਲਣੇ ਆ ਤਾਂ ਬੋਲ ਦਿਓ, ਪਰ ਇਹਨਾਂ ਨੇ ਮੈਨੂੰ ਸਟੇਜ 'ਤੇ ਖੜ ਕੇ ਬੋਲਣ ਦਾ ਜਿਹੜਾ ਫਲ ਹੈ ਜਿੱਥੇ ਸਰਦਾਰ ਰਣਧੀਰ ਸਿੰਘ ਚੀਮਾ ਉਹਨਾਂ ਨੇ ਦਿੱਤਾ, ਤਾਂ ਜਥੇਦਾਰ ਸਰਦਾਰ ਬਾਬਾ ਸਿੰਘ ਉਹਨਾਂ ਦਾ ਵੀ ਬਹੁਤ ਵੱਡਾ ਰੋਲ ਆ ਉਹਦੇ ਵਿੱਚ। ਜਥੇਦਾਰ ਜੀ ਦੀ ਜਿੰਨੀ ਸੇਵਾ ਇਹਨਾਂ ਦੀਆਂ ਬੇਟੀਆਂ ਨੇ ਕੀਤੀ ਸ਼ਾਇਦ ਅੱਜ ਕੱਲ੍ਹ ਮੁੰਡੇ ਨਹੀਂ ਕਰ ਸਕਦੇ, ਜਿਹਨਾਂ ਵਿੱਚ ਮਨਮੋਹਨ ਕੌਰ ਅਤੇ ਸਰਦਾਰ ਬਲਵਿੰਦਰ ਸਿੰਘ ਦਾ ਵੱਡਾ ਹੱਥ ਹੈ, ਜਸਪ੍ਰੀਤ ਕੌਰ, ਜਗਦੀਪ ਕੌਰ ਅਤੇ ਪ੍ਰਭਜੋਤ ਕੌਰ, ਅਤੇ ਇਹਨਾਂ ਦੇ ਜਵਾਈ ਗੁਰਜੀਤ ਸਿੰਘ, ਰਣਜੀਤ ਸਿੰਘ, ਬਲਵਿੰਦਰ ਸਿੰਘ ਅਤੇ ਜਗਤਾਰ ਸਿੰਘ, ਅਤੇ ਬਲਵਿੰਦਰ ਸਿੰਘ ਦੇ ਛੋਟੇ ਭਰਾ ਸਰਦਾਰ ਬਲਵਿੰਦਰ ਸਿੰਘ, ਇਹਨਾਂ ਸਾਰਿਆਂ ਨੇ ਬੜਾ ਉਹਨਾਂ ਦੇ ਨਾਲ ਮੋਹ ਪਿਆਰ ਵੀ ਸੀ ਅਤੇ ਉਹਨਾਂ ਦੀ ਸੇਵਾ ਸੰਭਾਲ ਵੀ ਕੀਤੀ। ਸੋ ਸਾਡੇ ਨਾਲ ਇੰਨਾ ਪਿਆਰ ਸੀ ਉਹਦਾ, ਸਾਨੂੰ ਅੱਗੇ ਲੈ ਕੇ ਆਉਣ, ਸਰਪੰਚ ਮੈਨੂੰ ਬਣਾਉਣ ਤੱਕ ਸਾਰੇ ਕੰਮ ਜਥੇਦਾਰ ਜੀ ਦੇ ਹੱਥੀ, ਉਹਨਾਂ ਨੇ ਮੈਨੂੰ ਇਸ ਪਾਸੇ ਲਾਇਆ। ਸੋ ਮੈਂ ਅੱਗੇ ਬਲਾਕ ਸਮਿਤੀ ਵੀ ਲੜੀ, ਉਹ ਵੀ ਇਹਨਾਂ ਦੇ ਆਸ਼ੀਰਵਾਦ ਨਾਲ। ਸੋ ਅਸੀਂ ਤਾਂ ਹੁਣ ਇਹੀ ਕਹਿੰਦੇ ਹਾਂ ਵੀ ਜਿਹੜੀਆਂ ਧੀਆਂ ਹੁੰਦੀਆਂ ਉਹਨਾਂ ਦਾ ਪਿਓ, ਚਾਹੇ ਕੋਈ ਮਾਂ ਜਾਂ ਭਰਾ, ਕੋਈ ਘਰ ਪਿਆ ਹੀ ਹੋਵੇ, ਉਹਨਾਂ ਨੂੰ ਪਤਾ ਹੁੰਦਾ ਆਪਣੇ ਪਰਿਵਾਰ ਦਾ, ਬੇਸ਼ੱਕ ਜਵਾਈ ਵੀ ਸਾਰੇ ਚੰਗੇ ਨੇ, ਉਹਨਾਂ ਦੇ ਪਰਿਵਾਰ ਵੀ ਚੰਗੇ ਨੇ, ਪਰ ਜਦੋਂ ਕੋਈ ਦਿਨ ਤਿਉਹਾਰ ਹੁੰਦਾ ਤਾਂ ਧੀਆਂ ਨੂੰ ਪਤਾ ਫੇਰ ਲੱਗਦਾ ਵੀ ਸਾਡਾ ਕੋਈ ਭਰਾ, ਸਾਡਾ ਪਿਓ, ਚਾਹੇ ਬੈਠਾ ਹੀ ਸੀ, ਅਤੇ ਉਦੋਂ ਫਿਰ ਉਹ ਅੰਦਰ ਵੜ ਕੇ ਹੁੰਦੀ ਹੈ। ਸੋ ਮੈਂ ਉਹਦੀ ਯੂਟੀ 'ਚ ਖੜ੍ਹ ਕੇ ਕਹਿੰਦਾ ਵੀ ਜਿੰਨੇ ਯੋਗਾ ਹੋਇਆ ਤੁਹਾਡਾ ਭਰਾ ਬਣ ਕੇ ਮੈਂ ਖੜੂੰਗਾ ਜਿੱਥੇ ਵੀ, ਮੈਥੋਂ ਬੋਲ ਨਹੀਂ ਹੁੰਦਾ ਵਿੱਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।